कि संयुक्त समाज मोर्चे ने जदों का यह फैसला किया कि पंजाब दी 117 सीटां ते संयुक्त समाज मोर्चा बहुत ही संघर्षां च परखे हुए पढ़े लिखे और इमानदार उम्मीदवार उतारेगा उदों तों पंजाब दे अंदर एक बहुत वड्डी लहर चली हुई। तुसीं वी नोट कीता कि एक एक हल्के तो इन्नियां फाइलां ने एंड ऑल आर कंपीटेंट। ये डिफिकल्टी है भी किनू रखिए किनू छड़िए। इहो जिहा माहौल पंजाब च कदे नहीं बनिया, ये पहली बारी बनिया। सो इस गल का प्रतीक है कि पंजाब दे लोग, पंजाब का हर वर्ग है जिहड़ा वो इस सिस्टम तो जिहड़ा पिछले 7 दहाकों तो चलता है और राजनीतिक पार्टियां दो बदल बदल के राज करदी आ रही ने, लोगों ने कुछ मिलता नहीं, इस तो बहुत निराश है। यही कारण है कि बहुत वड्डा रश है अप्लाई करने वाले का, साढ़े लिए बड़ी बड़ी डिफिकल्टी है। अज तक असी एक बाउंड है जो असी पेश करते हैं लीगल, उस भी मैं कम करते थोड़ा पता है सिंघू बार्डर पर। असी जदों अपने ईमेल है जो सिंघ समाज मोर्चे की जदों ये अनाउंस किया एप्लीकेशन लैन लिए, असी कहा कि भी 14 तारीख 5 बजे तक एवरी बॉडी कैन अपलाई, जिहड़ा डिजर्विंग होएगा बिल्कुल, जिन्हों लोग पसंद करनगे, कलीन होगा, लोगों की सेवा करूगा, सिर्फ उन्हें देवांगे। सो अज असी यह फैसला किया कि अज अखीर तक 1273 एप्लीकेंट आ गए ने, 5 बज गए, साढ़े कोल कम बड़ा सी, असी अज स्क्रूटनी करके डिसाइड नहीं कर पाए कि किनिया सीटों का ऐलान करिए। सो असी इस नूं अज रात सारी लगेगी, कल भी लग सकता है, 16 तारीख नूं काफ़ी वड्डियां सीटां दा ऐलान करांगे। अज नहीं करांगे, अज तुहाडी जानकारी लई, क्योंकि माहौल इस तरह का, एप्लीकेंट इन्ने ने। संयुक्त समाज मोर्चे वालों लुधियाना अंदर दूसरी प्रेस कॉन्फ्रेंस की गई, जिस विच लुधियाना सिटी दी टिकटां ऐलानियां जानियां सन, पर सहमति ना बनन करके दूजी सूची किसानां वालों जारी नहीं की गई। उन्होंने कहा कि जम्मू दे एक या दो दिन तक उम्मीदवारां दी वड्डी सूची जारी कर दी जाएगी। उन्होंने वालों एक प्रेस कॉन्फ्रेंस की गई जिस विच प्रोफेसर मनजीत सिंह, प्रेम सिंह पंगू अते डॉक्टर सविमान सिंह ने संबोधन किया। दस दिए कि इन्हां किसान आगुआं दा कहना सी कि कुल 1273 बिनेकारां वालों चोण लड़न लई उन्हां नूं एप्लीकेशन ਕਿਸ਼ਨਾ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿੱਚ 5 ਵਜੇ ਤੱਕ ਹੀ ਐਪਲੀਕੇਸ਼ਨ ਦੇਣ ਦਾ ਸਮਾਂ ਸੀ, ਪਰ ਇਸ ਤੋਂ ਬਾਵਜੂਦ ਹੁਣ ਤੱਕ ਉਹਨਾਂ ਨੂੰ ਐਪਲੀਕੇਸ਼ਨ ਆ ਰਹੀਆਂ ਨੇ, ਇਸੇ ਕਰਕੇ ਚੋਣ ਵਿੱਚ ਥੋੜੀ ਮੁਸ਼ਕਿਲ ਹੋ ਰਹੀ ਹੈ। ਲੁਧਿਆਣਾ ਤੋਂ ਸੰਜੀਵ ਸੂਦ ਦੀ ਰਿਪੋਰਟ, ਸਕਰੋਲ ਪੰਜਾਬ। ਅਸੀਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ, ਮੈਂ ਪ੍ਰੇਮ ਸਿੰਘ ਪੰਗੂ, ਮੈਂਬਰ ਪਾਰਲੀਮੈਂਟਰੀ ਕਮੇਟੀ ਸੰਯੁਕਤ ਸਮਾਜ ਮੋਰਚਾ, ਪ੍ਰੋਫੈਸਰ ਮਨਜੀਤ ਸਿੰਘ ਮੇਰੇ ਸੱਜੇ ਪਾਸੇ, ਮੈਂਬਰ ਸਕਰੀਨਿੰਗ ਕਮੇਟੀ ਸੰਯੁਕਤ ਸਮਾਜ ਮੋਰਚਾ, ਡਾਕਟਰ ਸਵੈਮਾਨ ਜੀ ਜਿਹੜੇ ਮੋਰਚੇ ਦਾ ਜਾਣੇ ਪਛਾਣੇ ਚਿਹਰਾ ਨੇ, ਇਹ ਕਿਸੇ ਤਾਰੀਫ ਦੇ ਮੁਹਤਾਜ ਨਹੀਂ, ਸਾਰੇ ਹੀ ਜਹਾਨ ਇਹਨਾਂ ਦਾ ਜਾਣਦਾ, ਦੇਸ਼ ਵਿਦੇਸ਼ ਡਾਕਟਰ ਸਵੈਮਾਨ ਦਾ ਆਪਣੇ ਆਪ 'ਚ ਇੱਕ ਪਹਿਚਾਣ ਹੈ। ਸੋ ਅੱਜ ਅਸੀਂ ਤੁਹਾਡੇ ਸਾਹਮਣੇ ਇਹ ਗੱਲ ਰੱਖਣ ਲੱਗੇ ਹਾਂ ਕਿ ਸੰਯੁਕਤ ਸਮਾਜ ਮੋਰਚੇ ਨੇ ਜਦੋਂ ਦਾ ਇਹ ਫੈਸਲਾ ਕੀਤਾ ਕਿ ਪੰਜਾਬ ਦੀਆਂ 117 ਸੀਟਾਂ 'ਤੇ ਸੰਯੁਕਤ ਸਮਾਜ ਮੋਰਚਾ ਬਹੁਤ ਹੀ ਸੰਘਰਸ਼ਾਂ 'ਚ ਪਰਖੇ ਹੋਏ ਪੜ੍ਹੇ ਲਿਖੇ ਔਰ ਇਮਾਨਦਾਰ ਉਮੀਦਵਾਰ ਉਤਾਰੇਗਾ, ਉਦੋਂ ਤੋਂ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਲਹਿਰ ਚੱਲੀ ਹੋਈ ਹੈ। ਤੁਸੀਂ ਵੀ ਨੋਟ ਕੀਤਾ, ਰਵਾਇਤੀ ਪਾਰਟੀਆਂ ਨੂੰ ਉਮੀਦਵਾਰ ਲੱਭਣੇ ਪੈਂਦੇ ਨੇ ਜਾ ਕੇ। ਤੁਸੀਂ ਦੇਖ ਰਹੇ ਹੋ ਕਿ ਸੰਯੁਕਤ ਸਮਾਜ ਮੋਰਚੇ ਕੋਲ ਇੰਨੀ ਵੱਡੀ ਤਾਦਾਦ ਦੇ ਵਿੱਚ ਉਮੀਦਵਾਰ ਕਿ ਇੱਕ ਇੱਕ ਹਲਕੇ ਤੋਂ ਇੰਨੀਆਂ ਫਾਈਲਾਂ ਨੇ ਐਂਡ ਆਲ ਆਰ ਕੰਪੀਟੈਂਟ। ਇਹ ਡਿਫੀਕਲਟੀ ਹੈ ਵੀ ਕਿਹਨੂੰ ਰੱਖੀਏ ਕਿਹਨੂੰ ਛੱਡੀਏ। ਇਹੋ ਜਿਹਾ ਮਾਹੌਲ ਪੰਜਾਬ 'ਚ ਕਦੇ ਨਹੀਂ ਬਣਿਆ, ਇਹ ਪਹਿਲੀ ਵਾਰੀ ਬਣਿਆ। ਸੋ ਇਸ ਗੱਲ ਦਾ ਪ੍ਰਤੀਕ ਹੈ ਕਿ ਪੰਜਾਬ ਦੇ ਲੋਕ, ਪੰਜਾਬ ਦਾ ਹਰ ਵਰਗ ਹੈ ਜਿਹੜਾ ਉਹ ਇਸ ਸਿਸਟਮ ਤੋਂ ਜਿਹੜਾ ਪਿਛਲੇ 7 ਦਹਾਕਿਆਂ ਤੋਂ ਚੱਲਦਾ ਔਰ ਰਾਜਨੀਤਿਕ ਪਾਰਟੀਆਂ ਦੋ ਬਦਲ ਬਦਲ ਕੇ ਰਾਜ ਕਰਦੀ ਆ ਰਹੀਆਂ ਨੇ, ਲੋਕਾਂ ਨੂੰ ਕੁਝ ਮਿਲਦਾ ਨਹੀਂ, ਇਸ ਤੋਂ ਬਹੁਤ ਨਿਰਾਸ਼ ਹੈ, ਬਹੁਤ ਪਰੇਸ਼ਾਨ ਹੈ ਔਰ ਇਸ ਨੂੰ ਬਦਲਣਾ ਚਾਹੁੰਦਾ। ਇਹੀ ਕਾਰਨ ਹੈ ਕਿ
ਕਿ ਬਹੁਤ ਵੱਡਾ ਰਸ਼ ਹੈ ਅਪਲਾਈ ਕਰਨ ਵਾਲਿਆਂ ਦਾ ਸਾਡੇ ਲਈ ਬੜੀ ਵੱਡੀ ਡਿਫਿਕਲਟੀ ਹੈ ਅੱਜ ਤੱਕ ਅਸੀਂ ਇੱਕ ਬਾਉਂਡ ਹੈ ਜੋ ਅਸੀਂ ਪੇਸ਼ ਕਰਦੇ ਹਾਂ ਲੀਗਲ ਉਸ ਦੇ ਵਿੱਚ ਵੀ ਮੈਂ ਕੰਮ ਕਰਦੇ ਤੁਹਾਨੂੰ ਪਤਾ ਹੈ ਸਿੰਘੂ ਬਾਰਡਰ ਤੇ ਅਸੀਂ ਜਦੋਂ ਆਪਣੇ ਈਮੇਲ ਹੈ ਜੋ ਸਿੰਘ ਸਮਾਜ ਮੋਰਚੇ ਦੀ ਜਦੋਂ ਇਹ ਅਨਾਊਂਸ ਕੀਤਾ ਸੀ ਐਪਲੀਕੇਸ਼ਨ ਲੈਣ ਲਈ ਅਸੀਂ ਕਿਹਾ ਸੀ ਵੀ 14 ਤਾਰੀਖ 5 ਵਜੇ ਤੱਕ ਐਵਰੀ ਬੋਡੀ ਕੈਨ ਅਪਲਾਈ ਹੂ ਇਜ਼ ਕਲੇਮੈਂਟ ਫਰੋਮ ਐਨੀ ਕੰਸਟੀਚੁਐਂਸੀ ਇਨ ਪੰਜਾਬ ਇਹ ਕਿਹਾ ਸੀ ਔਰ ਵੀ ਵੇਟ ਕਰ ਰਹੇ ਹਾਂ ਅਸੀਂ ਤੁਹਾਡੀ ਜਾਣਕਾਰੀ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਕ ਇੱਕ ਉਸ ਤੋਂ ਕੰਸਟੀਚੁਐਂਸੀ ਤੋਂ ਬਹੁਤ ਬਹੁਤ ਵੱਡੀਆਂ ਫਾਈਲਾਂ ਆਈਆਂ ਔਰ ਹੁਣ ਤੱਕ 5 ਵਜੇ ਤੱਕ ਤੁਹਾਡੀ ਜਾਣਕਾਰੀ ਲਈ 1273 ਐਪਲੀਕੈਂਟ ਨੇ ਜਿਹੜੇ ਹੁਣ ਤੱਕ ਆ ਚੁੱਕੇ ਨੇ ਹੁਣ ਟਾਈਮ ਹੋ ਚੁੱਕਿਆ ਤਾਂ ਉਹਨਾਂ ਦਾ ਸਕਰੂਟਨੀ ਕਰਨੀ ਉਹਨਾਂ ਦੀ ਸਾਰੀ ਜਾਂਚ ਪੜਤਾਲ ਕਰਨੀ ਕਿਉਂਕਿ ਮੈਰਿਟ ਦੇ ਬੇਸ 'ਤੇ ਹੈ ਇੱਥੇ ਕੋਈ ਇਹ ਨਹੀਂ ਕਿ ਕਿਸੇ ਦੀ ਕਿਸੇ ਨਾਲ ਸਿਫਾਰਿਸ਼ ਕਰ ਦੇਣੀ ਹੈ ਜਾਂ ਕੋਈ ਹੋਰ ਕੰਸੀਡਰੇਸ਼ਨ ਹੋਣੀ ਹੈ ਇਹ ਦੂਜੀਆਂ ਪਾਰਟੀਆਂ 'ਚ ਹੋ ਸਕਦੀ ਹੈ ਸਾਡੇ 'ਚ ਬਿਲਕੁਲ ਨਹੀਂ ਹੈ ਅਸੀਂ ਤਾਂ ਬਿਲਕੁਲ ਫਰੀ ਐਂਡ ਫੇਅਰ ਇੰਪਾਰਸ਼ਲ ਉਸ ਦੀ ਚੋਣ ਕਰਨੀ ਹੈ ਸਾਰਿਆਂ ਦਾ ਇੱਕ ਇੱਕ ਹਲਕੇ ਦੇ ਵਿੱਚੋਂ ਉਹਨਾਂ ਦੀ ਰਿਪੋਰਟ ਲੈਣੀ ਹੈ ਖਾਸ ਕਰਕੇ ਜਿਹੜਾ ਬੇਸ ਹੈ ਬੇਸਿਕ ਰਿਪੋਰਟ ਉਹ ਔਰਗੇਨਾਈਜੇਸ਼ਨ ਨੇ ਜਿਹੜੀਆਂ ਔਰਗੇਨਾਈਜੇਸ਼ਨ ਇਸ ਸਟਰਗਲ ਦੇ ਵਿੱਚ ਰਹੀਆਂ ਨੇ ਮੋਰਚੇ ਸਰਗਰਮ ਰਹੀਆਂ ਨੇ ਉਹਨਾਂ ਦੀ ਪਹਿਲੀ ਰਿਪੋਰਟ ਹੈ ਹਲਕੇ ਤੋਂ ਦੂਜੀ ਬੁੱਧੀਜੀਵੀ ਨੇ ਹੋਰ ਲੋਕ ਹੈ ਹੋਰ ਸਾਰਾ ਵਰਗ ਹੈ ਜਿਨ੍ਹਾਂ ਨੇ ਬਹੁਤ ਵੱਡਾ ਇਸਦੇ ਉਹ ਪਾਇਆ ਇਸ ਲਈ ਸਾਡੇ ਲਈ ਇਹ ਬਹੁਤ ਵੱਡਾ ਕੰਮ ਹੈ ਤਾਂ ਅਸੀਂ ਅੱਜ ਇਹ ਡਿਸਾਈਡ ਕੀਤਾ ਵੀ ਜੇ ਕਾਹਲੀ 'ਚ ਕੋਈ ਕਰਾਂਗੇ ਤਾਂ ਹੋ ਸਕਦਾ ਕਿਸੇ ਨਾਲ ਕੋਈ ਬੇਇਨਸਾਫੀ ਹੋ ਜਾਏ ਅਸੀਂ ਨਹੀਂ ਚਾਹੁੰਦੇ ਕੱਲ੍ਹ ਨੂੰ ਕੋਈ ਹੋਵੇ ਦੂਜੀਆਂ ਪਾਰਟੀਆਂ ਜਿਸ ਤਰ੍ਹਾਂ ਇਹਨੂੰ ਨਹੀਂ ਦਿੱਤਾ ਤਾਂ ਮੈਂ ਕਲੇਮੈਂਟ ਸੀ ਅਸੀਂ ਬਿਲਕੁਲ ਜੋਖ ਤੋਲ ਕੇ ਔਨ ਮੈਰਿਟ ਡਿਸਾਈਡ ਕਰਾਂਗੇ ਜਿਹੜਾ ਡਿਜ਼ਰਵਿੰਗ ਹੋਏਗਾ ਬਿਲਕੁਲ ਜਿਹਨੂੰ ਲੋਕ ਪਸੰਦ ਕਰਨਗੇ ਕਲੀਨ ਹੋਊਗਾ ਲੋਕਾਂ ਦੀ ਸੇਵਾ ਕਰੂਗਾ ਸਿਰਫ ਉਹਨੂੰ ਦੇਵਾਂਗੇ ਸੋ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਅੱਜ ਅਖੀਰ ਤੱਕ 1273 ਐਪਲੀਕੈਂਟ ਆ ਗਏ ਨੇ 5 ਵੱਜ ਗਏ ਹੈ ਸਾਡੇ ਕੋਲ ਕੰਮ ਬੜਾ ਸੀ ਅਸੀਂ ਅੱਜ ਸਕਰੂਟਨੀ ਕਰਕੇ ਡਿਸਾਈਡ ਨਹੀਂ ਕਰ ਪਾਏ ਕਿ ਕਿੰਨੀਆਂ ਸੀਟਾਂ ਦਾ ਐਲਾਨ ਕਰੀਏ ਸੋ ਅਸੀਂ ਇਸ ਨੂੰ ਅੱਜ ਰਾਤ ਸਾਰੀ ਲੱਗੇਗੀ ਕੱਲ੍ਹ ਨੂੰ ਵੀ ਲੱਗ ਸਕਦਾ 16 ਤਾਰੀਖ ਨੂੰ ਕਾਫੀ ਵੱਡੀਆਂ ਸੀਟਾਂ ਦਾ ਐਲਾਨ ਕਰਾਂਗੇ ਅੱਜ ਨਹੀਂ ਕਰਾਂਗੇ ਅੱਜ ਤੁਹਾਡੀ ਜਾਣਕਾਰੀ ਲਈ ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਐਪਲੀਕੈਂਟ ਇੰਨੇ ਨੇ ਸਾਨੂੰ ਲੱਗਦਾ ਜੇ ਕਾਹਲੀ 'ਚ ਕੋਈ ਸੀਟਾਂ ਐਲਾਨ ਕਰ ਦਈਏ ਐਲਾਨ ਕਰਨ ਵਾਲੀ ਪੰਜਾਂ ਇਹਨੇ ਵੀ ਕੋਈ ਡਿਸਾਈਡ ਨਹੀਂ ਕੀਤੀਆਂ ਡਿਸਾਈਡ ਕੀਤੀਆਂ ਪਈਆਂ ਪਰ ਕਿਉਂਕਿ 5 ਵਜੇ ਤੱਕ ਹੋਰ ਫਾਈਲਾਂ ਆ ਗਈਆਂ ਜਿਹੜੇ ਅਸੀਂ ਅੱਜ ਦੁਪਹਿਰ ਤੱਕ ਡਿਸਾਈਡ ਕੀਤੀਆਂ ਤਾਂ ਹੁਣ ਉਹਨਾਂ ਹਲਕਿਆਂ ਤੋਂ ਹੋਰ ਫਾਈਲਾਂ ਆ ਗਈਆਂ ਉਹਨਾਂ ਨਾਲ ਇਨਜਸਟਿਸ ਕਿਉਂ ਕੀਤਾ ਜਾਏ ਉਹਨਾਂ ਨੂੰ ਵੀ ਦੇਖਣਾ ਘੋਖਣਾ ਇਸ ਲਈ ਉਹਨੂੰ ਘੋਖ ਕੇ ਅਸੀਂ 16 ਤਾਰੀਖ ਨੂੰ ਤੁਹਾਡੇ ਸਾਹਮਣੇ ਇੱਕ ਵੱਡੀ ਲਿਸਟ ਤਕਰੀਬਨ ਕਾਫੀ ਹਲਕਿਆਂ ਤੋਂ ਜਿਹੜੇ ਬਿਲਕੁਲ ਯੋਗ ਅੱਛੇ ਉਮੀਦਵਾਰ ਹੋਣਗੇ ਉਹਨਾਂ ਦੀ ਪੇਸ਼ ਕਰਾਂਗੇ ਇਸ ਲਈ ਇਹ ਜਾਣਕਾਰੀ ਦੇਣ ਲਈ ਅਸੀਂ ਤੁਹਾਡੇ ਕੋਲ ਪਹੁੰਚੇ ਪ੍ਰੋਫੈਸਰ ਮਨਜੀਤ ਸਿੰਘ